ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੁਆਰਾ ਗੁਰਦਾਸਪੁਰ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਕੰਮਕਾਜ ਬਿਊਰੋ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਹਲਕਾ MLA ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ। ਦੱਸ ਦਈਏ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਮੈਨੀਫੈਸਟੋ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਨਾ ਕਿ ਸਰਕਾਰੀ ਨੌਕਰੀ ਦੇਣ ਦਾ। ਇਸ ਵਾਅਦੇ ਦੇ ਤਹਿਤ ਜ਼ਿਲ੍ਹੇ ਵਿੱਚ ਰੋਜ਼ਗਾਰ ਸੈਮੀਨਾਰ ਦੇ ਜ਼ਰੀਏ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਦਿੱਤੀਆਂ ਜਾਂਦੀਆਂ ਰਹਿਣਗੀਆਂ। ਇਸ ਦੇ ਨਾਲ ਹੀ ਉਹਨਾਂ ਨੇ 1984 ਸਿੱਖ ਕਤਲੇਆਮ ਤੇ ਆਏ ਫੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਹੋਰ ਵੀ ਅਜਿਹੇ ਘਟੀਆ ਕੰਮਾਂ ਵਿੱਚ ਜੋ ਦੋਸ਼ੀ ਨੇ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਮੌਕੇ ਉਹਨਾਂ ਨੇ SIT ਜਾਂਚ ਦੇ ਸੰਬੰਧ ਵਿੱਚ ਕਿਹਾ ਕਿ ਅਕਸ਼ੇ ਕੁਮਾਰ ਜ਼ਰੂਰੀ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਜੋ ਵੀ ਜਾਂਚ ਦੇ ਘੇਰੇ ਵਿੱਚ ਆਏਗਾ ਉਸ ਦੀ ਜਾਂਚ ਕੀਤੀ ਜਾਵੇਗੀ। ਕਿਤੇ ਸਰਕਾਰੀ ਲਫ਼ਜ਼ ਨਹੀਂ ਲਿਖਿਆ, ਨੌਕਰੀ ਬੈਂਕੋ ਵੀ ਨੌਕਰੀ ਆ, ਕਿਸੇ ਹੋਰ ਪ੍ਰਾਈਵੇਟ ਥਾਂ ਵੀ ਨੌਕਰੀ ਆ, ਵੱਡੇ ਕਾਰਪੋਰੇਟਾਂ ਕੋਲ ਨੌਕਰੀ ਆ, ਨੌਕਰੀ ਸੀ। DC ਲਾਉਣ ਦਾ ਵਾਅਦਾ ਨਹੀਂ ਸੀ ਕੀਤਾ ਵੀ ਹਰ ਘਰ 'ਚ ਇੱਕ DC ਜਾਂ ਪਟਵਾਰੀ ਲਾ ਦਿਆਂਗੇ। ਜੋ ਵਾਅਦਾ ਕੀਤਾ ਸਾਨੂੰ ਚੇਤੇ ਆ, ਅਸੀਂ ਪੂਰਾ ਕਰ ਰਹੇ। 3 ਕੈਂਪ ਲੱਗਿਆ ਡਿਸਟ੍ਰਿਕਟ ਵਾਈਜ਼, 1030 ਸਿਲੈਕਟਡ। ਅਕਸ਼ੇ ਕੁਮਾਰ ਕੋਈ ਇੰਪੋਰਟੈਂਟ ਚੀਜ਼ ਨਹੀਂ, ਜਿਹੜਾ ਇੰਪੋਰਟੈਂਟ ਚੀਜ਼ ਆ ਉਹਨੂੰ ਤੁਸੀਂ ਧਿਆਨ 'ਚ ਰੱਖੋ। ਇੰਪੋਰਟੈਂਟ ਚੀਜ਼ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਇੰਪੋਰਟੈਂਟ ਚੀਜ਼ ਆ ਉਸ ਬੇਅਦਬੀ ਨੂੰ ਅਣਗੋਲਿਆ ਗਿਆ, ਇੰਪੋਰਟੈਂਟ ਚੀਜ਼ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਈ 3 ਮਹੀਨੇ ਪੁਲਿਸ ਉੱਥੇ ਨਹੀਂ ਗਈ, ਇੰਪੋਰਟੈਂਟ ਚੀਜ਼ ਆ ਵੀ ਉੱਥੇ ਬੇਹੱਥਿਆ 'ਤੇ ਰੱਬ ਦਾ ਨਾਂ ਲੈਂਦਿਆਂ ਬੰਦਿਆਂ ਬੈਠਿਆਂ 'ਤੇ ਗੋਲੀਆਂ ਚਲਾਈਆਂ ਗਈਆਂ।